ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸੰਦੀਪ, ਸੀਨੀਅਰ ਕੰਸਲਟੈਂਟ, ਡਿਪਾਰਟਮੈਂਟ ਆਫ ਪਲਾਸਟਿਕ ਸਰਜਰੀ, SPS ਹੋਸਪਿਟਲ, ਲੁਧਿਆਣਾ। ਮਨਜੀਤ ਸਿੰਘ ਪੇਸ਼ੈਂਟ ਸਾਡੇ ਕੋਲ ਆਏ ਸੀਗੇ, ਉਹਨਾਂ ਦੇ ਗਲਾਸ ਕੱਟ ਇੰਜਰੀ ਹੋ ਗਈ ਸੀਗੀ ਕੰਮ ਕਰਦੇ ਵੇਲੇ। ਸੋ ਜਦੋਂ ਸਾਡੇ ਕੋਲ ਆਏ ਸੀਗੇ, ਬਹੁਤ ਜ਼ਿਆਦਾ ਪ੍ਰੋਫਿਊਸਲੀ ਬਲੀਡਿੰਗ ਸੀਗੀ ਔਰ ਸੱਜੀ ਬਾਂਹ ਦੀ ਕੂਹਣੀ ਦੇ ਉੱਪਰੋਂ ਉਹਨਾਂ ਦਾ ਕਾਫੀ ਡੂੰਘਾ ਕੱਟ ਪੈ ਗਿਆ ਸੀਗਾ, ਜਿਹਦੇ ਵਿੱਚ ਜਿਹੜੀ ਬਾਂਹ ਦੀ ਮੇਨ ਨਸ ਹੁੰਦੀ ਹੈ, ਬ੍ਰੇਕੀਅਲ ਆਰਟਰੀ, ਉਹ ਕੱਟ ਗਈ ਸੀਗੀ। ਅਸੀਂ ਪੇਸ਼ੈਂਟ ਨੂੰ ਇਮੀਡੀਏਟਲੀ ਐਮਰਜੈਂਸੀ ਦੇ ਵਿੱਚ ਰੀਸਸਟੇਟ ਕੀਤਾ, ਸਟੇਬਲ ਕੀਤਾ, ਬਲੀਡਿੰਗ ਨੂੰ ਕੰਟਰੋਲ ਕੀਤਾ ਔਰ ਵਿਦਇਨ 10 to 15 minutes ਇਮੀਡੀਏਟਲੀ ਪੇਸ਼ੈਂਟ ਨੂੰ ਅਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ। ਸੋ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕਰਨ ਤੋਂ ਬਾਅਦ ਅਸੀਂ ਜਿਹੜੀ ਬ੍ਰੇਕੀਅਲ ਆਰਟਰੀ ਹੈ ਉਹਦੀ ਰਿਪੇਅਰ ਕੀਤੀ। 4 to 5 ਘੰਟੇ ਆਪਰੇਸ਼ਨ ਚੱਲਿਆ, ਬਿਕੋਜ਼ ਬਹੁਤ ਜ਼ਿਆਦਾ ਖੂਨ ਵਗ ਚੁੱਕਿਆ ਸੀਗਾ ਪੇਸ਼ੈਂਟ ਨੂੰ। ਸਾਨੂੰ ਬਲੱਡ ਟ੍ਰਾਂਸਫਿਊਜ਼ਨਸ ਵੀ ਦੇਣੇ ਪਏ ਔਰ ਬ੍ਰੇਕੀਅਲ ਆਰਟਰੀ ਦੇ ਵਿੱਚ ਕਾਫੀ ਕਲੋਟਸ ਵਗੈਰਾ ਵੀ ਫਸ ਚੁੱਕੇ ਸੀਗੇ, ਜਿਹੜੇ ਕਿ ਸਾਨੂੰ ਆਪਰੇਸ਼ਨ ਦੇ ਦੌਰਾਨ ਕਲੋਟਸ ਵਗੈਰਾ ਸਭ ਕੱਢਣੇ ਪਏ। ਕਲੋਟਸ ਕੱਢਣ ਤੋਂ ਬਾਅਦ ਅਸੀਂ ਬ੍ਰੇਕੀਅਲ ਆਰਟਰੀ ਦੀ ਰਿਪੇਅਰ ਕੀਤੀ। ਰਿਪੇਅਰ ਕਰਨ ਤੋਂ ਬਾਅਦ ਅਸੀਂ ਬਾਂਹ ਦਾ ਦੁਬਾਰਾ ਤੋਂ ਬਲੱਡ ਸਰਕਲ ਮੇਨਟੇਨ ਕਰਨ ਦੇ ਵਿੱਚ ਕਾਮਯਾਬ ਹੋਏ। ਸੋ ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਕਦੀ ਵੀ ਤੁਹਾਡੀ ਵਰਕ ਪਲੇਸ 'ਤੇ ਜਾਂ ਬਾਹਰ ਕਿਤੇ ਵੀ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਜਾਂਦੀ ਹੈ, ਸੋ ਜਿੱਥੋਂ ਦੀ ਬਹੁਤ ਜ਼ਿਆਦਾ ਪ੍ਰੋਫਿਊਜ਼ ਬਲੀਡ ਹੋ ਰਿਹਾ, ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਅਤੇ ਉਸ ਸਮੇਂ ਪੇਸ਼ੈਂਟ ਨੂੰ ਕੋਈ ਵੀ ਸਾਫ਼ ਕੱਪੜਾ ਲੈ ਕੇ ਜਿੱਥੋਂ ਬਲੀਡ ਹੋ ਰਿਹਾ ਉਹਦੇ ਥੋੜ੍ਹੀ ਅਪਰੋਕਸੀਮਲੀ ਥੋੜ੍ਹੀ ਜਿਹੀ ਉੱਪਰੋਂ ਟਾਈਟਲੀ ਉਹਨੂੰ ਬੰਨ੍ਹ ਦਿੱਤਾ ਜਾਏ, ਬਾਂਹ ਨੂੰ ਉੱਪਰ ਚੁੱਕਿਆ ਜਾਏ ਔਰ ਪੇਸ਼ੈਂਟ ਨੂੰ ਕੁਛ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਜਾਏ ਤਾਂ ਕਿ ਇਮੀਡੀਏਟਲੀ ਅਸੀਂ ਉਹਨਾਂ ਦੀ ਸਰਜਰੀ ਪਲਾਨ ਕਰ ਸਕੀਏ ਔਰ ਜਿੰਨੀ ਜਲਦੀ ਹੋ ਸਕੇ ਵੱਡੇ ਹੋਸਪਿਟਲ ਦੇ ਵਿੱਚ ਜਿੱਥੇ ਕਿ ਪਲਾਸਟਿਕ ਸਰਜਨ ਅਵੇਲੇਬਲ ਹੋਣ ਉੱਥੇ ਪੇਸ਼ੈਂਟ ਨੂੰ ਸ਼ਿਫਟ ਕੀਤਾ ਜਾਏ। ਜਿਵੇਂ ਕਿ SPS ਹੋਸਪਿਟਲ ਦੇ ਵਿੱਚ ਇਹ ਸਾਰੀ ਫੈਸਿਲਿਟੀਜ਼ ਅਵੇਲੇਬਲ ਹੈ ਅਤੇ ਤੁਸੀਂ ਇੱਥੇ ਪੇਸ਼ੈਂਟ ਲੈ ਕੇ ਆ ਸਕਦੇ ਹੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਨਵੀਨ ਮਹਿਰਾ, ਮੈਂ ਹੈੱਡ ਆਫ ਡਿਪਾਰਟਮੈਂਟ ਐਨਸਥੀਜ਼ੀਆ SPS ਹੋਸਪਿਟਲ ਲੁਧਿਆਣਾ। ਅਸੀਂ ਇਸ ਮਰੀਜ਼ ਬਾਰੇ ਗੱਲ ਕਰ ਰਹੇ ਹਾਂ। ਇਹ ਸਾਡੇ ਕੋਲ ਮਰੀਜ਼ ਆਇਆ ਸੀ ਐਮਰਜੈਂਸੀ ਦੇ ਵਿੱਚ, ਇਹਦੀ ਸੱਜੀ ਬਾਂਹ ਕੱਟੀ ਗਈ ਸੀ, ਉੱਥੋਂ ਕਾਫੀ ਖੂਨ ਵਗ ਰਿਹਾ ਸੀ। ਐਮਰਜੈਂਸੀ ਦੇ ਵਿੱਚ ਸਾਡੀ ਜਿਹੜੀ ਐਮਰਜੈਂਸੀ ਦੀ ਟੀਮ ਸੀ ਅਤੇ ਨਾਲ ਸਾਡੀ ਐਨਸਥੀਜ਼ੀਆ ਟੀਮ ਨੇ ਜਦੋਂ ਮਰੀਜ਼ ਨੂੰ ਅਸੈਸ ਕੀਤਾ ਤਾਂ ਸਾਨੂੰ ਲੱਗਾ ਕਿ ਇਹਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਇਹਨੂੰ ਇਮੀਡੀਏਟਲੀ ਆਪਰੇਸ਼ਨ ਥੀਏਟਰ 'ਚ ਸ਼ਿਫਟ ਕਰਨ ਦੀ ਨੌਬਤ ਹੈ। ਡਾਕਟਰ ਸੰਦੀਪ ਨੇ ਉਸ ਟਾਈਮ ਅਸੈਸ ਕਰਕੇ ਸਾਡੀ ਐਨਸਥੀਜ਼ੀਆ ਟੀਮ ਅਤੇ ਐਮਰਜੈਂਸੀ ਟੀਮ ਨੇ ਅਸੈਸ ਕੀਤਾ ਅਤੇ ਅਸੀਂ ਹੋਰ ਕੁਝ ਸੋਚੇ ਬਗੈਰ ਮਰੀਜ਼ ਦੀ ਬਾਂਹ ਨੂੰ ਬਚਾਉਣ ਵਾਸਤੇ ਇਮੀਡੀਏਟਲੀ ਆਪਰੇਸ਼ਨ ਥੀਏਟਰ 'ਚ ਮਰੀਜ਼ ਨੂੰ ਸ਼ਿਫਟ ਕੀਤਾ। ਮਰੀਜ਼ ਦੀ ਹਾਲਤ ਨਾਜ਼ੁਕ ਹੋਈ ਚੱਲੀ ਜਾ ਰਹੀ ਸੀ ਕਿਉਂਕਿ ਖੂਨ ਬਹੁਤ ਜ਼ਿਆਦਾ ਵਗ ਰਿਹਾ ਸੀਗਾ। ਆਪਰੇਸ਼ਨ ਥੀਏਟਰ ਦੇ ਵਿੱਚ ਅਸੀਂ ਇਹਨੂੰ ਬੇਹੋਸ਼ੀ ਦੇ ਅੰਡਰ ਕਰਕੇ ਬਾਕੀ ਦਵਾਈਆਂ ਨਾਲ, ਕਿਉਂਕਿ ਇਹਦਾ ਬਲੱਡ ਪ੍ਰੈਸ਼ਰ ਡਰੋਪ ਕਰ ਰਿਹਾ ਸੀ, ਅਤੇ ਅਸੀਂ ਇਹਨੂੰ ਦਵਾਈਆਂ ਦੇ ਨਾਲ ਸਟੇਬਲ ਕਰਕੇ ਉੱਧਰੋਂ ਨਾਲੋਂ ਨਾਲ ਸਾਨੂੰ ਖੂਨ ਦੀ ਰਿਕੁਆਇਰਮੈਂਟ ਸੀ। ਅਸੀਂ ਖੂਨ ਦੇ ਟੀਮ ਦੇ ਨਾਲ, ਜਿਹੜੇ ਸਾਡੇ ਬਲੱਡ ਬੈਂਕ ਦੀ ਟੀਮ ਦੇ ਨਾਲ ਕੋਆਰਡੀਨੇਟ ਕਰਕੇ ਅਤੇ ਜਿੰਨਾ ਜਲਦੀ ਹੋ ਸਕੇ ਅਸੀਂ ਸਾਰੇ 5 to 6 ਯੂਨਿਟ ਖੂਨ ਦਾ ਇੰਤਜ਼ਾਮ ਕਰਾਇਆ। ਪੇਸ਼ੈਂਟ ਦੇ ਆਪਰੇਸ਼ਨ ਦੇ ਦੌਰਾਨ ਬਹੁਤ ਛੇਤੀ ਅਸੀਂ ਉਹਨੂੰ ਸਟੇਬਲ ਕੀਤਾ। ਫਿਰ ਵੀ ਕਰਦੇ ਕਰਾਉਂਦੇ ਸਾਨੂੰ ਟੋਟਲ 4 to 5 ਘੰਟੇ ਲੱਗ ਗਏ ਆਪਰੇਸ਼ਨ ਦੇ ਦੌਰਾਨ।
ਮਰੀਜ਼ ਨੂੰ ਪੂਰਾ ਸਟੇਬਲ ਕਰਕੇ ਬਹੁਤ ਵਧੀਆ ਓਪਰੇਸ਼ਨ ਹੋਇਆ। ਉਸ ਤੋਂ ਬਾਅਦ ਮਰੀਜ਼ ਹੋਸ਼ ਤੋਂ ਬਾਹਰ ਆਇਆ, ਬਿਲਕੁਲ ਸਟੇਬਲ ਰਿਹਾ। ਇਹ ਸਾਰੇ ਪ੍ਰੋਸੈਸ ਦੇ ਨਾਲ, ਸਾਡੀ ਟੀਮ ਵਰਕ ਦੇ ਨਾਲ, ਇਸ ਮਰੀਜ਼ ਦੀ ਜਿਹੜੀ ਇੱਕ ਬਾਂਹ ਜਾਣ ਦਾ ਖਤਰਾ ਸੀ ਅਤੇ ਜਾਨ ਨੂੰ ਵੀ ਖਤਰਾ ਪੈ ਸਕਦਾ ਸੀ, ਉਹ ਬਹੁਤ ਅੱਛਾ ਮੈਨੇਜ ਹੋਇਆ ਵਿਦ ਡਾਕਟਰ ਸੰਦੀਪ ਕੌਰ, ਜਿਹੜੇ ਸਾਡੇ ਇੱਥੋਂ ਦੇ ਪਲਾਸਟਿਕ ਸਰਜਨ ਹੈ, ਸਾਡੀ ਐਨਸਥੀਜ਼ੀਆ ਟੀਮ ਅਤੇ ਬਾਕੀ ਜਿਹੜੀ ਹੋਸਪਿਟਲਸ ਦੀ ਟੀਮ ਹੈ। ਇਹ ਕਰਕੇ ਅੱਜ ਮਰੀਜ਼, ਅਸੀਂ ਬਹੁਤ ਖੁਸ਼ ਹਾਂ, ਸਾਡਾ ਮਰੀਜ਼ ਅੱਜ ਬਿਲਕੁਲ ਠੀਕ ਹੈ, ਉਹਦੀ ਬਾਂਹ ਵੀ ਬਚ ਗਈ ਹੈ ਅਤੇ ਮਰੀਜ਼ ਵੀ ਬਿਲਕੁਲ ਠੀਕ ਹੈ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਜੀਤ ਸਿੰਘ ਧਾਮੀ, ਸ਼ੇਰਪੁਰ ਡਿਸਟ੍ਰਿਕਟ ਸੰਗਰੂਰ ਦਾ ਰਹਿਣ ਵਾਲਾ ਗਾ। ਮੇਰਾ ਸਾਡਾ ਡੋਰ ਵਿੰਡੋ ਦਾ ਕੰਮ ਹੈ, ਕਬੋਰਡ ਕਿਚਨ ਦਾ ਕੰਮ ਹੈ, ਅਸੀਂ ਕਿਸ਼ਨਗੜ੍ਹ ਬਾਥਰੂਮ ਦਾ ਕੰਮ ਕਰ ਰਹੇ ਸੀ, ਸ਼ੀਸ਼ੇ ਦੀ ਗਲਾਸ ਦੀ ਫੀਟਿੰਗ ਕਰ ਰਹੇ ਸੀ। ਉੱਥੇ ਅਸੀਂ ਸ਼ੀਸ਼ਾ ਫਿੱਟ ਕਰਕੇ ਜਦੋਂ ਕੰਪਲੀਟ ਕਰ ਰਹੇ ਸੀ, ਜਦੋਂ ਅਚਨਚੇਤ ਸ਼ੀਸ਼ੇ ਦਾ ਬਲਾਸਟ ਹੋ ਗਿਆ। ਬਲਾਸਟ ਹੋਣ ਨਾਲ ਮੇਰੇ ਜੋ ਆ ਮੇਨ ਨਸ ਹੈ ਹਾਰਟ 'ਚ ਆਉਂਦੀ ਹੈ, ਇਹ ਕੱਟੀ ਗਈ ਦੋ ਜਗ੍ਹਾ ਤੋਂ। ਉਸ ਤੋਂ ਬਾਅਦ ਚਲੋ ਉੱਥੋਂ ਮੈਨੂੰ ਲੈ ਕੇ ਕਾਰ ਦੇ ਵਿੱਚ ਆਪਣਾ ਦਰਾਹੇ ਦੇ ਕੋਲ ਹੋਸਪਿਟਲ 'ਚ ਲੈ ਕੇ ਆਏ। ਇੱਕ ਦੋ ਹੋਸਪਿਟਲਾਂ ਦੇ ਵਿੱਚ ਗਏ, ਉਹਨਾਂ ਨੇ ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਹੋਸਪਿਟਲ ਲੁਧਿਆਣਾ ਦੇ ਵਿੱਚ ਰੈਫਰ ਕਰਿਆ। ਆਉਂਦਿਆਂ ਨੂੰ ਐਮਰਜੈਂਸੀ ਦੇ ਵਿੱਚ ਜਦੋਂ ਆਏ, ਉੱਥੇ ਜੋ ਸਰਜਰੀ ਦੇ ਡਾਕਟਰ ਨੇ, ਡਾਕਟਰ ਸੰਦੀਪ ਕੌਰ, ਉਹ ਮੈਨੂੰ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਸਾਂਭਿਆ। ਸਾਂਭ ਕੇ ਮੈਨੂੰ ਲੱਗਦਾ ਵੀ 5-4 ਮਿੰਟਾਂ ਦੇ ਵਿੱਚ ਹੀ ਮੈਨੂੰ ਹੋ ਸਕਦਾ ਫਾਇਲ ਬਣਾਉਣ ਤੋਂ ਪਹਿਲਾਂ ਹੀ, ਫਾਇਲ ਬਾਅਦ 'ਚ ਬੇਟੇ ਨੇ ਬਣਾਈ ਅਤੇ ਉਹ ਤੋਂ ਪਹਿਲਾਂ ਹੀ ਮੈਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ। ਓਪਰੇਸ਼ਨ ਕਹਿੰਦੇ ਵੀ ਫਾਇਲ ਤਾਂ ਬਾਅਦ 'ਚ ਬਣੀ ਜਾਊ, ਪਹਿਲਾਂ ਪੇਸ਼ੈਂਟ ਨੂੰ ਸਾਂਭੋ, ਕਿਉਂਕਿ ਮੇਰੀ ਹਾਲਤ ਸੀ ਜਿਹੜੀ ਬਹੁਤ ਸੀਰੀਅਸ ਸੀ, ਖੂਨ ਜ਼ਿਆਦਾ ਨਿਕਲਣ ਦੇ ਨਾਲ ਮੇਨ ਨਾੜ ਸੀਗੀ। ਓਪਰੇਸ਼ਨ ਥੀਏਟਰ 'ਚ ਲੈ ਕੇ ਮੈਨੂੰ ਲੱਗਦਾ 15-20 ਮਿੰਟਾਂ 'ਚ ਮੇਰਾ ਓਪਰੇਸ਼ਨ ਸ਼ੁਰੂ ਕਰਤਾ। ਤਕਰੀਬਨ 6.5 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿੰਦੀ ਮੇਰਾ ਓਪਰੇਸ਼ਨ ਸਿਰੇ ਚੜ੍ਹਿਆ। ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਮੈਨੂੰ ਓਪਰੇਸ਼ਨ ਥੀਏਟਰ ਦੇ ਵਿੱਚ ਵੀ ਬਹੁਤ ਘਾਲਣਾ ਘਾਲ ਕੇ ਮੈਨੂੰ ਸਾਂਭਿਆ ਅਤੇ ਉਸ ਤੋਂ ਬਾਅਦ ICU 'ਚ ਆਏ। ਫਿਰ ਡਾਕਟਰ ਸਾਹਿਬ ਨੇ 72 ਘੰਟਿਆਂ ਦਾ ਟਾਈਮ ਦਿੱਤਾ ਸੀ, ਕਿਉਂਕਿ ਸੀਰੀਅਸ ਕੇਸ ਸੀਗਾ, ਬਹੁਤ ਜ਼ਿਆਦਾ ਸੀਰੀਅਸ ਸੀਗਾ। 72-48 ਘੰਟਿਆਂ ਬਾਅਦ ਡਾਕਟਰ ਸਾਹਿਬ, ਡਾਕਟਰ ਸੰਦੀਪ ਕੌਰ ਕਹਿਣ ਲੱਗ ਗਏ, ਕਹਿੰਦੇ ਵੀ ਹੁਣ ਖਤਰੇ ਤੋਂ ਬਾਹਰ ਹੈ, ਕੋਈ ਵਹਿਮ ਵਾਲੀ ਗੱਲ ਨਹੀਂ। ਚਲੋ ਉਸ ਤੋਂ ਬਾਅਦ ਜਿਹੜਾ ਸਮੁੱਚਾ ਸਟਾਫ ਸੀ, ਕੁੜੀਆਂ ਸੀ ਜਿਹੜੀਆਂ ਆਪਣਾ ਉੱਥੇ ICU 'ਚ ਜਾਂ ਵਾਰਡ ਦੇ ਵਿੱਚ, ਉਹਨਾਂ ਨੇ ਵੀ ਬਹੁਤ ਵਧੀਆ ਡੀਲਿੰਗ ਕਰੀ, ਵਧੀਆ ਸਤਿਕਾਰ ਨਾਲ ਸਾਂਭਿਆ। ਖਾਣਾ ਪਾਣੀ ਜੋ ਸਿਖਾਉਂਦੇ ਰਹੇ ਨੇ ਸਟਾਫ ਵਾਲਿਆਂ, ਕੁੜੀਆਂ ਨੇ ਖਾਣਾ ਵੀ ਸਿਖਾਇਆ, ਸਾਰਾ ਬਹੁਤ ਵਧੀਆ। ਜਾਂਦੀ ਕੱਪੜਾ ਲੀੜਾ ਚੇਂਜ ਕਰਨਾ ਸੀਗਾ, ਉਹ ਜੋ ਜਿਹੜੇ ਮੁੰਡੇ ਰੱਖੇ ਹੋਏ ਨੇ ਉਹਨਾਂ ਨੇ ਵੀ ਬਹੁਤ ਵਧੀਆ ਢੰਗ ਨਾਲ, ਜਾਣੀ ਦੀ ਆਂਚ ਨਹੀਂ ਆਉਣ ਦਿੱਤੀ ਸਰੀਰ ਨੂੰ, ਕੋਈ ਤਕਲੀਫ ਨਹੀਂ ਆਉਣ ਦਿੱਤੀ। ਇਸ ਕਰਕੇ ਜਿਹੜਾ ਹੋਸਪਿਟਲ ਸਤਿਗੁਰੂ ਪ੍ਰਤਾਪ ਸਿੰਘ ਹੋਸਪਿਟਲ ਹੈ, ਡਾਕਟਰ ਸੰਦੀਪ ਕੌਰ ਇਹਨਾਂ ਨੇ ਐਮਰਜੈਂਸੀ ਜਦੋਂ ICU 'ਚ ਰਹੇ ਉਦੋਂ ਵੀ ਬਿੰਦੇ ਬਿੰਦੇ ਮੇਰੀ ਕੰਡੀਸ਼ਨ ਬਾਰੇ ਉੱਥੇ ਸਟਾਫ ਨੂੰ ਪੁੱਛਦੇ ਰਹੇ ਨੇ। ਉਸ ਤੋਂ ਬਾਅਦ ਹੁਣ ਮੈਨੂੰ ਤਕਰੀਬਨ 32 ਦਿਨ ਹੋ ਗਏ, ਬਹੁਤ ਵਧੀਆ ਮੇਰਾ ਹੱਥ ਉਂਗਲਾਂ ਵੀ ਚੱਲ ਪਈਆਂ ਨੇਗੀਆਂ ਅਤੇ ਮੈਨੂੰ ਲੱਗਦਾ 42 ਦਿਨ ਦਾ ਟਾਈਮ ਦਿੱਤਾ ਡਾਕਟਰ ਸਾਹਿਬ ਨੇ। 42 ਦਿਨ ਤੋਂ ਬਾਅਦ ਫਿਰ ਇਹਦੀ ਵਰਜਿਸ਼ ਕਰਾਉਣਗੇ, ਪੱਟੀ ਕਰਦੇ ਨੇ। ਜਿੰਦੀ ਇੰਨੀ ਵਧੀਆ ਡੀਲਿੰਗ, ਵੈਸੇ ਮੈਂ ਕਾਫੀ ਹੋਸਪਿਟਲਾਂ ਦੇ ਵਿੱਚ ਜਾਂਦੇ ਰਹੇ ਹਾਂ, ਪਰ
ਇੱਕ ਵੱਖਰਾ ਜਾਂਦੀ ਸਾਨੂੰ ਇੱਕ ਅਲੌਕਿਕ ਨਜ਼ਾਰਾ ਜਿਹਾ ਦਿਖਿਆ ਇੱਥੇ, ਜਿਹੜੀ ਸਾਂਭ ਸੰਭਾਲ ਹੋਈ ਇੱਥੇ ਸਤਿਕਾਰ ਹੋਇਆ। ਜਿਸ ਦਿਨ ਜੀ ਇਹ ਹਾਦਸਾ ਹੋਇਆ ਜੀ, ਜਦੋਂ ਸਾਨੂੰ ਪਤਾ ਲੱਗਿਆ ਉਰੇ ਲੈ ਕੇ ਆਏ ਜਦੋਂ ਐਮਰਜੈਂਸੀ ਦੇ ਵਿੱਚ, ਇਹਨਾਂ ਦੀ ਕੰਡੀਸ਼ਨ ਦੇਖ ਕੇ ਅਸੀਂ ਬਹੁਤ ਡਰ ਗਏ ਸੀ। ਪਿੱਛੋਂ ਡਾਕਟਰ ਸਾਹਿਬ ਨੇ ਇੱਕ ਇਹਨਾਂ ਦੇ ਨਾ ਇੱਥੇ ਪੰਪ ਲਾ ਕੇ ਭੇਜਿਆ ਸੀਗਾ ਜੀ ਬਾਂਹ 'ਤੇ, ਕਿਉਂਕਿ ਹਵਾ ਜਿਹੜਾ ਬਲੱਡ ਸੀ ਬਹੁਤ ਜ਼ਿਆਦਾ ਨਿਕਲ ਰਿਹਾ ਸੀ। ਜਿੱਥੇ ਐਕਸੀਡੈਂਟ ਹੋਇਆ ਉਹ ਜਗ੍ਹਾ ਅਸੀਂ ਜਦੋਂ ਦੇਖੀ ਜਾ ਕੇ, ਉੱਥੇ ਬਹੁਤ ਜ਼ਿਆਦਾ 7 ਤੱਕ ਖੂਨ ਗਿਆ ਹੋਇਆ ਸੀਗਾ ਜੀ। ਹੇਠਾਂ ਕੱਚ ਹੀ ਕੱਚ, ਕੱਚ ਦੇ ਉੱਤੇ ਬਹੁਤ ਜ਼ਿਆਦਾ ਬਲੱਡ ਸੀਗਾ ਜੀ। 3 ਗ੍ਰਾਮ ਬਲੱਡ ਰਹਿ ਗਿਆ ਸੀ ਜੀ ਇਹਨਾਂ ਤੋਂ ਉਰੇ ਆਉਂਦੇ ਦੇ। ਅਤੇ ਉਹ ਜਦੋਂ ਉਹਨਾਂ ਨੇ ਪੰਪ ਰਿਸੀਵ ਕਰਿਆ ਜੀ, ਉਦੋਂ ਜ਼ਖਮ ਦੇਖਿਆ ਜੀ ਮੈਂ ਇੱਥੇ, ਸਾਰਾ ਜਾਣਦੀ ਉਹ ਜਿਹੜੀ ਚਾਦਰ ਸੀਗੀ ਉਹ ਸਾਲੀ ਉਹ ਸਾਰੀ ਭਰ ਗਈ ਸੀਗੀ। ਉਹ ਸਾਨੂੰ ਜਾਣਦੀ 72 ਘੰਟੇ ਸਾਡੀ ਜਾਨ ਪੂਰੀ ਕੜਿੱਕੀ 'ਚ ਰਹੀ ਹੈ, ਸਾਨੂੰ ਬਹੁਤ ਦਿੱਕਤ ਰਹੀ, ਡਰ ਰਿਹਾ ਸੀ ਸਾਰਿਆਂ ਨੂੰ। ਫਿਰ ਵੀ ਜਾਂਦੀ ਬਾਅਦ 'ਚ ਜਦੋਂ ਡਾਕਟਰ ਸਾਹਿਬ ਆਏ, ਉਹਨਾਂ ਨੇ ਸਾਨੂੰ ਟਾਈਮ ਦੱਸਿਆ ਵੀ ਇੰਨੇ ਟਾਈਮ ਤੱਕ ਤੁਹਾਡਾ 72 ਘੰਟਿਆਂ ਤੱਕ ਰਿਸਕ ਦੇ ਵਿੱਚ ਜ਼ਰੂਰ ਹੈ ਕੰਮ, ਪਰ ਓਪਰੇਸ਼ਨ ਕਰਿਆ ਠੀਕ ਹੋ ਗਿਆ ਕਹਿੰਦੇ ਵੀ। ਅਤੇ ਜਾਣੀ ਦੀ ਹੁਣ ਲੋਟ ਆਈ ਸਾਨੂੰ, ਸੈੱਟ ਆ ਸਾਰਾ ਠੀਕ ਠਾਕ ਆ, ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਬਹੁਤ ਸਾਂਭ ਸੰਭਾਲ ਬਹੁਤ ਵਧੀਆ ਕੀਤੀ ਹਸਪਤਾਲ ਦੇ ਵਿੱਚ, ਸਾਫ਼ ਸਫਾਈ ਵਧੀਆ, ਪ੍ਰਬੰਧ ਸਾਰਾ ਠੀਕ ਲੱਗਿਆ ਸਾਨੂੰ, ਵਧੀਆ ਲੱਗਿਆ ਜੀ। ਧੰਨਵਾਦ ਜੀ।